ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੁੱਗੇ ਕੇਸਰ ਸਿੰਘ ਵਾਲਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ 10 ਸਾਲ ਪਹਿਲਾਂ ਕੁਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸਦਾ ਪਤੀ ਕੁਲਵਿੰਦਰ ਸਿੰਘ ਅਕਸਰ ਉਸਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੰਦਾ ਸੀ। ਲੇਕਿਨ ਲੜਕੀ ਦਾ ਪਰਿਵਾਰ ਲੜਕੀ ਨੂੰ ਸਮਝਾ ਕੇ ਉਸ ਨੂੰ ਵਾਪਸ ਸਹੁਰੇ ਘਰ ਭੇਜ ਦਿੰਦੇ ਸੀ। ਲੇਕਿਨ ਹੁਣ ਲੜਕੀ ਨੇ ਆਖਰ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਮਜਬੂਰਨ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਵੀਰੋ ਬਾਈ। ਵੀਰੋ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਬਾਗ ਵਾਲੀ ਬਸਤੀ। ਹਾਂ, ਬਾਗ ਵਾਲੀ ਬਸਤੀ। ਕੁੜੀ ਕਿੱਥੇ ਗਈ ਤੁਸੀਂ? ਕੁੜੀ ਕੁੰਡਿਆਂ ਤੇ। ਕੁੰਡੇ ਨੇ ਕੇਸਰ ਵਾਲੇ ਚੁੱਕੇ। ਹਾਂ, ਕੇਸਰ ਵਾਲੇ ਚੁੱਕੇ। ਕੇਸਰ ਸਿੰਘ ਵਾਲੇ? ਹਾਂਜੀ। ਕਿਹਦੇ ਰਹਿੰਦੇ ਹੋ? ਕੀ ਨਾਮ ਦਾ? ਕੁਲਵਿੰਦਰ ਸਿੰਘ। ਕੁਲਵਿੰਦਰ ਸਰ ਅੱਗੇ ਵੀ ਮਾਰਦੇ ਕੁੱਟਦੇ ਸੀਗੇ, ਲੜਾਈ ਝਗੜਾ ਰਹਿੰਦਾ ਸੀਗਾ ਤੇ ਕਈ ਵਾਰ ਮੈਂ ਫੈਸਲੇ ਕਰਾ ਕੇ ਆਉਂਦੀ ਰਹੀ ਹਾਂ, ਛੱਡ ਕੇ ਆਉਂਦੀ ਰਹੀ ਹਾਂ। ਮੈਂ ਕਿਹਾ ਤੁਸੀਂ ਆਪਦਾ ਘਰ ਬਣਾਓ, ਇਹ ਫਿਰ ਵੀ ਇਹਨਾਂ ਦੀ ਲੜਾਈ ਹੁੰਦੀ ਰਹੀ। ਵਾਰ ਵਾਰ ਮੈਂ ਜਾਂਦੀ ਸੀ, ਵਾਰ ਵਾਰ ਇਹਨਾਂ ਨੂੰ ਸਮਝਾਉਂਦੀ ਸੀ। ਘਰੇਲੂ ਝਗੜੇ 'ਚ ਪਰੇਸ਼ਾਨ ਹੋ ਗਈ? ਘਰੇਲੂ ਝਗੜੇ 'ਚ ਪਰੇਸ਼ਾਨ ਹੋਈ ਹੈ, ਕਰਦੇ ਜੀਆਂ ਤੋਂ ਵੀ ਹੋ ਗਈ। ਕੋਈ ਇਹਨਾਂ ਦੇ ਇੱਕ ਛੋਟਾ ਭਰਾ ਹੈਗਾ ਕੁਲਵਿੰਦਰ ਦਾ, ਰਾਜੂ, ਹੁਣ ਤੇ ਤੂੰ ਜ਼ਿਆਦਾ ਪਰੇਸ਼ਾਨ ਹੁੰਦੇ ਤੋਂ। ਉਹਨੇ ਨਾ ਕੁਛ ਮਾੜੀਆਂ ਚੰਗੀਆਂ ਕੁੜੀ ਦੇ ਮਗਰ ਗੱਲਾਂ ਲਾਈਆਂ ਤੇ ਇਸ ਦੁੱਖੋ ਕਰਕੇ ਉਹਨੇ ਨਾ ਖੁਆਇਆ ਲੈ ਲਿਆ। ਹਾਂਜੀ, ਲਿਖ ਤੇ ਉੱਥੇ ਲਿਖ ਗਈ ਹੈ ਵੀ ਪਰਿਵਾਰ ਹੋਵੇਗਾ ਇਹਨਾਂ ਦਾ, ਮੇਰਾ ਜ਼ਿੰਮੇਵਾਰ ਪਰਿਵਾਰ ਹੀ ਹੋਵੇਗਾ। ਦੀਵਾਰਾਂ ਤੇ ਲਿਖਿਆ? ਹਾਂਜੀ, ਦੀਵਾਰ ਤੇ ਲਿਖਿਆ, ਕੰਧ ਤੇ ਲਿਖਿਆ। ਡੈਡ ਬੋਡੀ ਉਸ ਤੇ ਲਾ ਕੇ ਲੈ ਆਏ? ਇਹਨਾਂ ਨੇ ਲਾਈ, ਆਪ ਹੀ ਕਰਤੇ ਮਾਲਕਾਂ ਨੇ, ਆਪ ਹੀ ਲਾ ਕੇ, ਆਪ ਹੀ ਲਾਈ। ਉਹਨੇ ਦਿੱਤੀ ਤਲਾ? ਹਾਂਜੀ, ਉਸਨੇ ਤਲਾ ਨਹੀਂ ਦਿੱਤੀ? ਨਹੀਂ ਨਹੀਂ, ਇਹਨਾਂ ਨੇ ਦਿੱਤੀ, ਮੈਂ ਹੀ ਦਿੱਤੀ ਸੀ। ਜਿਹੜਾ ਹੀ ਲਾ ਕੇ ਲਿਆ? ਹਾਂਜੀ, ਮੈਂ ਤਲਾ ਦਿੱਤੀ ਸੀਗੀ। ਮੈਂ ਫਾਈਲ ਕੇ ਗਈ ਸੀ ਮਕਾਨ, ਉੱਥੇ ਮਰਗ ਹੋ ਗਈ ਸੀ ਤੇ ਉੱਧਰੋਂ ਆਣ ਕੇ ਮੈਂ ਤਲਾਕ ਕੀਤੀ ਤੇ ਇਹਨਾਂ ਨੇ ਡੈਡ ਬੋਡੀ ਲਾ ਕੇ ਤੇ ਇਹਨਾਂ ਥੱਲੇ ਸੁੱਟੀ ਹੋਈ ਸੀ। ਹੋਰ ਕੀ ਮੰਗ ਹੈ ਤੁਹਾਡੀ? ਸਾਡੀ ਮੰਗ ਹੈ ਨਾ ਸਾਨੂੰ ਇਨਸਾਫ ਮਿਲ ਜਾਵੇ, ਇਨਸਾਫ ਬੱਚਿਆਂ ਨੂੰ ਮਿਲ ਜਾਵੇ, ਮੇਰੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ। ਮੇਰਾ ਨਾਮ ਅੰਮ੍ਰਿਤ ਲਾਲ, ਸਾਬਕਾ ਸਰਪੰਚ, ਮੌਜੂਦਾ ਨੰਬਰਦਾਰ, ਪਿੰਡ ਕਰਲੀਆਂ ਪਹਿਲਵਾਨ। ਇਹ ਤਾਂ ਬਹੁਤ ਮਾੜੀ ਗੱਲ ਹੈ ਜੀ, ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਹੋਇਆ ਹੋਵੇ, ਉਹੀ ਕੁੜੀ ਕੋਈ ਆਪਣੇ ਆਪ ਨੂੰ ਜਿੰਦਾ ਨਹੀਂ ਮਰਦਾ, ਆਪਣੇ ਆਪ ਫਾਇਆ ਨਹੀਂ ਲੈਂਦਾ। ਇਸ ਵਾਸਤੇ ਇਨਸਾਫ ਹੋਣਾ ਚਾਹੀਦਾ, ਸਰਕਾਰ ਤੋਂ ਇਹੋ ਹੀ ਮੰਗ ਹੈ ਵੀ ਇਹ ਜਿਹੜਾ ਪ੍ਰਥਾ ਚੱਲੀ ਤੰਗ ਕਰਨ ਵਾਲੀ, ਇਹਨਾਂ ਦਾ ਹੱਲ ਨਹੀਂ ਕੋਈ ਹੋ ਰਿਹਾ। ਇੰਨੀ ਦੁਖੀ ਹੋ ਕੇ ਅਤੇ ਉਹਨੇ ਆਪਣੇ ਆਪ ਫਾਇਆ ਲੈ ਕੇ ਆਪਦੀ ਜੀਵਨ ਲੀਲਾ ਖਤਮ ਕੀਤੀ ਹੈ। ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਇਹਨਾਂ ਨੂੰ ਇਨਸਾਫ ਮਿਲ ਸਕੇ, ਜਾਂ ਜੋ ਧੀ ਵਾਲੇ ਜਿਹੜੇ ਰੋਂਦੇ ਪੈਣੇ, ਇਹਨਾਂ ਦਾ ਕੋਈ ਮਨ ਠੰਡਾ ਹੋ ਜਾਏਗਾ। ਇਹਨਾਂ ਨੂੰ ਹਾਂਜੀ, ਇਹਨਾਂ ਦੇ ਸਹੁਰੇ ਪਰਿਵਾਰ ਤੇ, ਸੱਸ ਤੇ, ਹਾਂ ਮੁੰਡੇ ਤੇ, ਇੱਕ ਦਿਓਰ ਤੇ ਤੰਗ ਪਰੇਸ਼ਾਨ। ਉਹ ਕਹਿੰਦੇ ਬਹੁਤ ਵਾਰੀ ਸਾਨੂੰ, ਉਹ ਕਹਿੰਦੀ ਮੈਂ ਮਰ ਜਾਂਗੀ, ਮੈਂ ਮਰ ਜਾਂਗੀ। ਇਹਨਾਂ ਦੇ ਕਹਿਣ ਦੇ ਬਾਵਜੂਦ ਕੁੜੀ ਇੰਨੀ ਤੰਗ ਤੇ ਇੰਨੀ ਲਾਚਾਰ ਹੋ ਚੁੱਕੀ, ਜਿਹੜੀ ਆਪਣੀ ਆਪ ਹੀ ਉਹਨੇ ਖੁਦਕੁਸ਼ੀ ਕਰਕੇ ਆਪਣੀ। ਹਾਂਜੀ, ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ, ਤਾਂ ਜੋ ਅੱਗੇ ਇਹੋ ਜਿਹੀਆਂ ਹੋਣ ਵਾਲੀਆਂ ਘਟਨਾਵਾਂ ਤੋਂ ਕੁਛ ਬਚਾਅ ਹੋ ਸਕੇ, ਲੋਕਾਂ ਨੂੰ ਇਨਸਾਫ ਮਿਲੇਗਾ ਤਾਂ ਹੀ ਨਾ। ਮੇਰਾ ਨਾਂ ਕਮਲਜੀਤ ਕੌਰ ਹੈ। ਛਿੰਦਰ ਕੌਰ, ਮੇਰੀ ਭੈਣ ਹੈ ਛੋਟੀ, ਮੇਰੇ ਤੋਂ ਛੋਟੀ ਭੈਣ ਹੈ, ਦੁੱਖ ਦੀ ਮਾਰੀ ਮਰ ਗਈ ਹੈ। 10 ਸਾਲ ਹੋ ਹੀ ਗਏ ਉਹਨਾਂ ਨਾ ਮੰਮੀ, 10 ਸਾਲ ਹੋ ਗਏ ਉਹਨੂੰ ਵਿਆਹ ਨੂੰ। ਹਾਂਜੀ, ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਸਾਨੂੰ, ਨਹੀਂ ਦੁੱਖ ਦੱਸਿਆ ਉਹਨੇ। ਹਾਂਜੀ, ਕਿਹੜੀ ਜਗ੍ਹਾ ਤੇ ਗਏ ਸੀ? ਕੁੰਡਿਆਂ ਤੇ, ਕੁੰਡਿਆਂ, ਪਿੰਡ ਕੁੰਡਿਆਂ ਤੇ। ਸਾਨੂੰ ਨਹੀਂ ਦੱਸੀ ਉਹਨੇ ਦਿਲ ਦੀ ਗੱਲ ਕੁਛ ਵੀ। ਇਹ ਮੰਮੀ ਜਾਂਦੀ ਸੀ ਰਾਜੀਨਾਮਾ ਕਰਕੇ ਭੇਜ ਦਿੰਦੀ ਸੀ, ਉਹ ਆਂਦੀ ਸੀ ਕੋਈ ਗੱਲ ਨਹੀਂ ਪੁੱਤਰ ਤੇਰਾ ਘਰ, ਆਂਦੀ ਮੰਮੀ ਮੈਂ ਘਰ ਨਹੀਂ ਛੱਡਣਾ। ਮੰਮੀ ਮੇਰੀ ਗਈ ਸੀ ਪੁੱਛਣ ਦੱਸਣ, ਫਿਰ ਵੀ ਘਰੇ ਛੱਡ ਆਈ। ਪਤਾ ਹੀ ਨਹੀਂ ਲੱਗਿਆ ਕਿਵੇਂ ਕੀ ਗੱਲ ਬਣ ਗਈ। ਅਸੀਂ ਤਾਂ ਮਰਗ ਤੇ ਗਏ ਅਸੀਂ ਫਾਜ਼ਿਲਕਿਆਂ, ਸਾਨੂੰ ਉੱਥੋਂ ਫੋਨ ਆਇਆ ਮਗਰ ਗਿਆ ਵੀ ਡੈਥ ਹੋ ਗਈ। ਹਾਂਜੀ, ਫਾਂਸੀ ਲਈ ਹੈ ਭੈਣ ਮੇਰੀ ਨੇ।
तंग होके ली फांसी यादे सोरे परिवार तू एक लविंदर सिंह इंदे कार वाला इंदा देवर हां जी सारे दुख देंदे सी इनू माड़ी चंगिया गल्लां करदे ने मगर उंदे भी इधर जांदी उधर जांदी पर साडी कुड़ी किते नहीं सी जांदी घरे पैंदी सी साडी कुड़ी नूं खा लिया इन्हां ने सानू हुण साफ चाहीदा है साडी भैण नूं हुण साफ मिले असीं कुछ नहीं करना होर बस हांजी कारवाई की जावे इन्दे ते इन्हां दे सहुरे परिवार ते कारवाई होनी चाहीदी। थाना फिरोजपुर विच एक मुकदमा दर्ज किया गया 123/23 ते तीन दोषी के खिलाफ कुलविंदर प्रीतो ते राजू ये जो मसला सी उस विच जिहड़ी विक्टिम हैगी उन्हें पंखे ते लटक अपनी जान दित्ती सी ते नाल दीवार विच गुरमुखी विच जिहड़ा सुसाइड नोट सी लिखा होया सी। असी 306 IPC तहत मामला दर्ज किया है ते पुलिस तफ्तीश कर रही है असी रेड कर रहे हैं। गगन वीजा पॉइंट बंगा तुहाडे लई लेके है स्किल वीजा ऑप्शन जिस विच तुसी अपने स्पाउस समेत अपने बच्चियां नू यूके नाल ले जा सकते हो। जेकर तुसी प्लस टू पास हो तो तुहानू यूके VIELTS विच चाहिए ने 5.5 बैंड। जेकर तुसी ग्रेजुएशन की है तो तुसी विदाउट IELTS भी अप्लाई कर सकते हो। इस दे अलावा तुसी पाओ अपना कॉज लैटर सिर्फ एक दिन दे विच ते यूके दा वीजा पाओ सिर्फ 10 दिनां दे विच। इस दे अलावा तुसी सारी दी सारी पेमेंट देनी है जी आफ्टर वीजा ते आज ही कॉल करो थले दिते गए नंबर ते या तुसी विजिट कर सकते हो गगन वीजा पॉइंट बंका।